ਬਸ ਖਾਣਾ ਛਾਣਾ ਆ ਗਿਆ ਖਾਣਾ ਖਾਂਦੇ ਪਏ ਤੇ ਬਾਕੀ ਬਾਰਿਸ਼ ਦੀ ਵਜ੍ਹਾ ਤੋਂ ਸਰ ਕੰਮ ਖਰਾਬ ਥੀ ਗਿਆ ਵੈਸੇ ਤਾਂ ਅਸਲਾਮ ਅਲੈਕੁਮ ਵੇਵਰ ਕੈਸੇ ਹੋ ਠੀਕ ਹੋ ਤਬੀਅਤ ਸੇ ਠੀਕ ਹੈ ਉਮੀਦ ਕਿ ਨਾ ਸਾਰੇ ਵਿਰਾ ਠੀਕ ਠਾਕ ਹੋ ਸਨ ਫਿਟ ਫਾਟ ਹੋ ਸਨ ਅੱਜ ਦਾ ਬਿਸਮਿਲ੍ਲਾ ਕਰਦੇ ਵਲੌਗ ਕਰੀਨ ਸ਼ੁਰੂ ਅਗਰ ਤੁਹਾਨੂੰ ਸਾਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਤੁਹਾਨੂੰ ਇਹ ਤਾਂ ਪਿਓ ਸੋ ਅਸਾਂ ਗੱਡੀ 'ਤੇ ਰਹੀ ਵਹਿੰਦੇ ਪਏ ਕਿਹੜੇ ਵਹਿੰਦੇ ਪਏ ਸ਼ਾਦੀ 'ਤੇ ਵਹਿੰਦੇ ਪਏ ਅਸਾਂ ਤੁਹਾਨੂੰ ਅੱਗੇ ਸਾਰਾ ਮੰਜ਼ਰ ਦਿਖਾਏ ਨੇ ਬਾਕੀ ਰਾਹ 'ਤੇ ਵਧੇ ਫਿਲਹਾਲ ਕੋਈ ਫਸਲ ਭਾਈ ਠੇਕੇ ਵਾਲੀ ਉਹਦੇ ਦੇ ਉਹਦੇ ਮੈਂ ਕਿਤਨੀ ਕੀ ਸਿਸਟਮ ਹੈ ਸਿੰਨੀ ਥੀ ਗਏ ਬਾਰਿਸ਼ ਦੀ ਵਜ੍ਹਾ ਤੋਂ ਇਹ ਦੇਖ ਗਿਨੋ ਕਨੋਲਾ ਵਹਾਇਆ ਸੀ ਬਾਕੀ ਦੇ ਕਣਕ ਪਈ ਆਓ ਤੁਹਾਨੂੰ ਕਨੋਲੇ ਦੀ ਕੰਡੀਸ਼ਨ ਦਿਖਾ ਨੇ ਵੀ ਬਾਰਿਸ਼ ਤੋਂ ਬਾਅਦ ਤੁਸੀਂ ਕਿਸ ਸਿਚੁਏਸ਼ਨ ਬਣੀ ਹੈ ਵਿਹਲਾ ਪਿਆ ਬਿਲਕੁਲ ਵਿਹਲਾ ਪਿਆ ਸਿੰਨਾ ਪਿਆ ਨਹੀਂ ਨਿਕਲਦਾ ਪਿਆ ਹੁਣ ਬੀਜ ਤਾਂ ਬੋਰ ਵਹਿੰਦਾ ਲੇਕਿਨ ਉਹਦੀ ਜਿਹੜੀ ਨਾੜ ਹੈ ਨਾ ਉਹ ਨਹੀਂ ਚਾਸ ਕਰੀਂਦੀ ਪਈ ਮਤਲਬ ਫੁੱਲ ਧੁੱਪ ਲੱਗੇ ਅੱਜ ਹੀ ਮੌਸਮ ਹੀ ਹੈ ਬੱਦਲ ਹਨ ਕੱਲ੍ਹ ਹੀ ਥੋੜ੍ਹੀ ਇੱਕ ਧੁੱਪ ਨਿਕਲੀ ਅਤੇ ਬਾਰਿਸ਼ ਦੀ ਵਜ੍ਹਾ ਤੋਂ ਸਾਰਾ ਕੰਮ ਖਰਾਬ ਥੀ ਗਿਆ ਵੈਸੇ ਤਾਂ ਅਤੇ ਘਰ ਵੱਲ ਆਇਆ ਸੀ ਉੱਥੇ ਥੋੜ੍ਹਾ ਆਰਾਮ ਕੀਤਾ ਸੀ ਮੈਂ ਕਿ ਆਪਣੇ ਵੀਵਰਾਂ ਦਾ ਵਲੌਗ ਦਾ ਐਂਡ ਕਰ ਛੁਣਿਆ ਅਤੇ ਇੱਥਾਂ ਹੀ ਵਲੌਗ ਦਾ ਕਰੀਨ ਐਂਡ ਅਗਰ ਤੁਹਾਨੂੰ ਸਾਰੀ ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਇਨਸ਼ਾਅੱਲਾ ਮਿਲ ਸੋ ਨੈਕਸਟ ਵਲੌਗ ਨਾਲ ਤਬ ਤੱਕ ਕੇ ਲਈ ਅੱਲਾਹ ਹਾਫਿਜ਼।